ਮੇਰੇ ਵੱਡਿਆਂ ਨੂੰ, ਬਾਬਿਆਂ ਨੂੰ, ਚਾਚਿਆਂ, ਤਾਇਆਂ ਨੂੰ, ਮੇਰੇ ਭਤੀਜਿਆਂ ਨੂੰ, ਭਾਣਜਿਆਂ ਨੂੰ, ਮੇਰੀਆਂ ਭੈਣਾਂ ਨੂੰ, ਭਰਜਾਈਆਂ ਨੂੰ, ਸਭ ਨੂੰ ਬੜੀ ਮੁਹੱਬਤ ਨਾਲ, ਪਿਆਰ ਨਾਲ, ਖਲੂਸ ਨਾਲ ਅਤੇ ਚਾਹਤ ਨਾਲ ਅਸਲਾਮ ਅਲੈਕੁਮ। ਜਿਉਂਦੇ ਵੱਸਦੇ ਰਹੋ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਤੁਸੀਂ ਜਿੱਥੇ ਜਿੱਥੇ ਵੀ ਹੈ, ਤੁਸੀਂ ਮੇਰੇ ਆਪਣੇ ਹੈ, ਅੱਲਾਹ ਪਾਕ ਤੁਹਾਡੇ 'ਤੇ ਆਪਣੀ ਮਿਹਰ ਕਰੇ, ਤੁਹਾਡੀ ਜ਼ਿੰਦਗੀ 'ਚ ਕਦੀ ਕੋਈ ਦੁੱਖ ਨਾ ਆਵੇ। ਇੱਕ मैं अपनों वास्ते, मेरे भैणा भरावां वास्ते एक सिलसिला है। मैं कोशिश करदा हां कि मेरी वजह तो तुहाडी जिंदगी च हासे रहन, तुसी खुश होवो। एक ड्यूटी है जिहड़ी मैं कर रहा तुहाडे वास्ते, तुहाडियां मुहब्बतां वास्ते। ते अज जिहड़ी आपां कॉल करन जा रहे हां, बहुत डिफरेंट आइडिया ते डिफरेंट खेलांगे, ते इंशाल्लाह मैनूं उम्मीद है कि तुहानूं बहुत ज़्यादा मज़ा आएगा। ते मेरे वो जिहड़े दोस्त ने जिहड़े अज मेरे चैनल ते पहली बारी आए आ, तुसी सब तो पहले मेरा चैनल सबसक्राइब करना, जिदा मेरी फैमिली ने किया आ, क्योंकि तुसी साड़ी फैमिली च पहली बारी आ रहे हैं, तुसी साड़ी फैमिली दे नवे मैंबर आ, नवा हिस्सा बन रहे हैं। तुसी चैनल मेरा सबसक्राइब करो, उहदे नाल घंटी का बटन जिले तुसी दबाओगे ते तुसी साड़ी फैमिली का इस टब्बर का हिस्सा बन जाओगे। तुसी सुते हैं, जागते हैं, जिथे भी हैं, तुहाडी घंटी वज जाएगी कि राणा एजाज आ गया है ते कोई नवी चीज लैके आया, तो हसन वास्ते तैयार हो जाओ। बहुत बहुत शुक्रिया। लो जी, कॉल शुरू कर दें आपां जी। हेलो। हेलो जी, अस्सलाम वालेकुम जी। वालेकुम सलाम। हमीद भाई गल कर रहे हो जी? मैं हमीद गल कर रहा हूं। हमीद भाई, बड़ा औखा तुहाडा नंबर लिया है, तो गल भी बहुत जरूरी करनी है। खैर भरावा? हाँ जी, खैर ही है जी। असी मूवी वाले गल कर रहे हैं, तुहाडे घर मूवी बनाई सी ना जी, आ 15 दिन पहले। मेरे घर? मेरा मतलब कि मेरे घर केड़ी मूवी बनाई है? नहीं, तुसी शादी ते गए सी ना। अच्छा अच्छा अच्छा, वो मेरे शादी से रिश्तेदार। हाँ, तो उस बारे च गल करनी है मैं। हाँ जी, दसो। ਇਹ ਕੀ ਲੱਗਦੇ ਨੇ ਆਪਣੇ ਜਿਹੜੇ ਘਰ ਵਾਲੇ ਨੇ ਮੁੰਡੇ ਤੁਹਾਡੇ? ਫੁੱਫੜ ਮੈਂ ਉਹਨਾਂ ਦਾ। ਅੱਛਾ ਅੱਛਾ, ਫੁੱਫੜ ਸਾਹਿਬ ਗੱਲ ਕਰ ਰਹੇ ਜੀ? ਮੈਂ ਫੁੱਫੜ ਗੱਲ ਕਰ ਰਿਹਾ ਜੀ, ਤੁਹਾਡਾ ਨਹੀਂ? ਨਹੀਂ ਨਹੀਂ, ਉਹਨਾਂ ਬੱਚਿਆਂ ਦੇ ਫੁੱਫੜ ਹੋ ਤੁਸੀਂ ਜੀ? ਹਾਂਜੀ ਹਾਂਜੀ, ਮੈਂ ਫੁੱਫੜ ਹਾਂ ਜਨਾਬ ਉਹਨਾਂ ਦਾ। ਅੱਛਾ ਜੀ, ਫੁੱਫੜ ਸਾਹਿਬ ਗੱਲ ਇਹ ਆ। ਹਾਂਜੀ ਦੱਸੋ। ਜਿਹੜਾ ਮੁੰਡਾ ਮੂਵੀ ਬਣਾਉਂਦਾ ਸੀ ਨਾ ਜੀ? ਆਹੋ, ਠੀਕ ਠਾਕ ਮੁੰਡਾ ਸੀ, ਕੀ ਹੋਇਆ ਉਹਨੂੰ? ਉਹ ਹੈਗਾ ਜੀ ਮੇਰਾ ਛੋਟਾ ਭਰਾ। ਅੱਛਾ। ਉਹ ਮੂਵੀਆਂ ਬਣਾ ਕੇ ਲਿਆਉਂਦਾ ਜੀ। ਆਹੋ। ਤੇ ਮੈਂ ਅੱਗਿਓਂ ਐਡਿਟ ਕਰਕੇ ਉੱਤੇ ਗਾਣੇ ਗੂਣੇ ਲਾਉਣੇ ਹੁੰਦੇ ਜੀ। ਆਹੋ। ਤੇ ਫਿਰ ਅਸੀਂ ਜਿਹੜੇ ਮੈਂ ਉਹ ਤਿਆਰੀ ਕਰਕੇ ਦੇ ਦੇਣੇ ਜੀ, ਫਿਰ ਉਹ ਘਰਦਿਆਂ ਨੂੰ ਅਸੀਂ ਦੇਈਦੀ ਹੈ। ਆਹੋ। ਜਿਹੜਾ ਖਾਲਦ ਆ ਨਾ ਜੀ, ਜਿਹਦੇ ਤੁਸੀਂ ਫੁੱਫੜ ਆ। ਆਹੋ ਹਾਂਜੀ। ਉਹਦਾ ਨੰਬਰ ਤਾਂ ਸਾਡੇ ਕੋਲ ਹੈਗਾ ਹੈ। ਅੱਛਾ। ਕਾਲ ਤਾਂ ਸਾਨੂੰ ਉਹਨੂੰ ਕਰਨੀ ਚਾਹੀਦੀ ਸੀ। ਅੱਛਾ। ਲੇਕਿਨ ਕਰਨੀ ਸਾਨੂੰ ਤੁਹਾਨੂੰ ਪੈ ਗਈ, ਕਿਉਂਕਿ ਰੌਲਾ ਤੁਹਾਡਾ ਹੈ। ਖੈਰ ਹੀ ਆ ਨਾ? ਹਾਂਜੀ ਹਾਂਜੀ, ਖੈਰ ਹੀ ਹੈ। ਅਸਲ 'ਚ ਨਾ, ਤੁਹਾਡੀ ਵਜ੍ਹਾ ਤੋਂ ਉਹਨਾਂ ਦੀ ਸਾਰੀ ਮੂਵੀ ਤਬਾਹ ਹੋ ਗਈ ਹੈ ਜੀ। ਮੇਰਾ ਮਤਲਬ ਮੇਰੀ ਵਜ੍ਹਾ ਤੋਂ ਕਿੱਦਾਂ ਹੋ ਗਈ? ਅਸਲ ਤੁਸੀਂ ਜਗ੍ਹਾ 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 ਤੁਸੀਂ ਨਜ਼ਰ ਆ ਰਹੇ ਹੈ। ਅੱਛਾ। ਤੇ ਜਿੱਦਣ ਤੇਲ ਮਹਿੰਦੀ ਸੀ ਨਾ ਜੀ? ਆਹੋ ਹੈਗੀ ਸੀ ਤੇਲ ਮਹਿੰਦੀ। ਮੇਰਾ ਮਤਲਬ ਕੀ ਗੱਲ ਕੀ ਹੋਈ ਹੈ, ਗੱਲ ਕਰੋ। ਤੇਲ ਮਹਿੰਦੀ ਵਾਲੇ ਦਿਨ ਨਾ ਜੀ, ਤੁਸੀਂ ਮੁੰਡੇ ਦੇ ਨਾ ਪਿਛਲੇ ਪਾਸਿਓਂ ਆਸੇ ਪਾਸੇ ਨਹੀਂ ਕਿਤੇ ਹੋਏ। ਮਤਲਬ ਇਹ ਕਿ ਸਿਆਣਾ ਬੰਦਾ ਪਿੱਛੇ ਹੁੰਦਾ ਹੀ ਹੈ ਨਾ, ਮੇਰਾ ਮਤਲਬ ਤੁਸੀਂ ਗੱਲ ਨੂੰ ਸਮਝੋ ਨਾ। ਤੁਸੀਂ ਨਾ ਜੀ, ਉਹ ਤੁਸੀਂ ਏਡੇ ਉੱਥੇ ਮਨਹੂਸ ਜਿਹੇ ਲੱਗਣ ਡਏ ਆ ਬੈਠੇ ਜੀ। ਕੀ ਮਤਲਬ ਬਈ ਤੇਰਾ ਗੱਲ ਕਰਨ ਦਾ? ਮਤਲਬ ਕਿ ਇੱਕ ਤਾਂ ਤੁਹਾਡਾ ਰੰਗ ਬਹੁਤ ਕਾਲਾ ਜੀ। ਆਹੋ ਤੇ ਲਾਲੋ ਰੰਗ ਕਾਲਾ ਹੁੰਦਾ ਹੈ, ਇਹਦੇ ਵਿੱਚ ਕਿਹੜੀ ਕੋਈ ਗੱਲ। ਹੁਣ ਤੂੰ ਮੂਵੀ ਵਾਲਾ ਹੋ ਗਿਆ ਤੇ ਸਾਨੂੰ ਇਹ ਗੱਲਾਂ ਦੱਸੇ, ਕੀ ਮਤਲਬ ਤੇਰਾ ਗੱਲ ਕਰਨ ਦਾ? ਤੇ ਉਹ ਨਾ ਜੀ, ਉਹ ਤੇਲ ਮਹਿੰਦੀ, ਹੁਣ ਮੁੰਡਾ ਮਾਸ਼ਾਅੱਲਾ ਇੰਨਾ ਸੋਹਣਾ ਲੱਗਣ ਡਿਆ, ਉਹਨੇ ਪੀਲੇ ਰੰਗ ਦਾ ਕੁਰਤਾ ਪਾਇਆ। ਹਾਂ,
ਉਹ ਪੀਲੇ ਰੰਗ ਦੇ ਕੁਰਤੇ ਦੇ ਨਾਲ ਜਿਹੜਾ ਤੁਹਾਡਾ ਮੂੰਹ ਆ ਨਾ ਉਹ ਐਡਾ ਬੁਰਾ ਲੱਗਣ ਡਿਆ ਨਾ ਕਾਲਾ ਸ਼ਾਹ। ਉਹ ਮੇਰਾ ਮਤਲਬ ਆ ਵੀ ਮੇਰਾ ਮੂੰਹ ਉਹਦੇ ਪੀਲੇ ਰੰਗ ਦੇ ਸੂਟ ਦੇ ਨਾਲ ਕੀ ਗੱਲ ਬਣ ਗਈ? ਤੇ ਹਮੀਦ ਸਾਹਿਬ ਗੱਲ ਇਹ ਆ ਜੇ ਮੈਂ ਤੁਹਾਡਾ ਮੂੰਹ ਉਸ ਸ਼ਾਰਟ ਦੇ ਵਿੱਚੋਂ ਕੱਢਦਾ ਨਾ ਤੇਲ ਮਹਿੰਦੀ ਚੋਂ, ਉਹ ਕਿਉਂ ਕੱਢ ਦਵੇਂ ਤੂੰ ਬਈ? ਨਹੀਂ ਭੈੜੇ ਬਹੁਤ ਲੱਗਣ ਡਿਆ ਨਾ ਜੀ ਤੁਸੀਂ। ਕਿਉਂ ਭੈੜੇ ਲੱਗਣ ਡਿਆ? ਮੈਂ ਮੇਰੀ ਉਹ ਜਿਹੜਾ ਮੁੰਡਿਆਂ ਦੇ ਮੋਬਾਈਲਾਂ ਦੇ ਉੱਤੇ ਆਈਆਂ ਵਾ ਸਾਰਾ ਵੀਡੀਓ ਫੁੱਫੜ ਜੀ। ਗੱਲ ਇਹ ਆ ਕਿ ਬੰਦਾ ਕਿਤੇ ਇੱਕ ਅੱਧੀ ਜਗ੍ਹਾ ਮੂਵੀ ਦੇ ਆ ਜਾਵੇ, ਤੁਸੀਂ ਜਿਹੜਾ ਵੀ ਮੈਂ ਸ਼ਾਰਟ ਮੈਂ ਐਡਿਟ ਕਰਦਾ ਆ, ਮੈਂ ਜਿਹੜਾ ਵੀ ਮੁੰਡੇ ਨੇ ਮੈਨੂੰ ਕਲਿੱਪ ਭੇਜਿਆ ਨਾ ਕਿ ਜੀ ਇਹਨੂੰ ਸਾਰਿਆਂ ਨੂੰ ਜੋੜਨਾ, ਦੁਨੀਆ ਜਾਣਦਾ ਜਿੰਨਾ ਕਲਿੱਪ ਆ ਸਭ ਚ ਤੁਹਾਡਾ ਮੂੰਹ ਅੱਗੇ ਫੁੱਫੜ ਜੀ। ਅੱਛਾ ਤੇ ਮੇਰਾ ਮਤਲਬ ਇਹ ਆ ਯਾਰ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਵੀ ਵੱਡੇ ਸਿਆਣੇ ਬੰਦੇ ਪਿੱਛੇ ਨਾਲ ਹੁੰਦੇ ਨਾ ਹੁੰਦੇ? ਨਹੀਂ ਸਿਆਣੇ ਬੰਦਿਆਂ ਦਾ ਮੂੰਹ ਵੀ ਤੇ ਸਿਆਣਾ ਜਿਹਾ ਹੋਵੇ ਨਾ, ਮਤਲਬ ਕਿ ਤੁਸੀਂ ਵੈਸੇ ਹੀ। ਉਹ ਤੇ ਮੇਰਾ ਮੂੰਹ ਕੀ ਹੋ ਗਿਆ ਮੇਰੇ ਮੂੰਹ ਨੂੰ ਸਿਆਣਾ ਨਹੀਂ? ਮਤਲਬ ਗੈਂਡਾ ਟੈਪ ਲੱਗ ਰਹੇ ਤੁਸੀਂ ਉੱਥੇ, ਜਿਵੇਂ ਗੈਂਡੇ ਨਹੀਂ ਹੁੰਦੇ। ਤੇ ਤੈਨੂੰ ਬੋਲਣ ਦੀ ਤਮੀਜ਼ ਨਹੀਂ, ਕਿਸੇ ਸਿਆਣੇ ਬੰਦੇ ਨਾਲ ਕਿਸੇ ਵੱਡੇ ਬੰਦੇ ਨਾਲ ਗੱਲ ਕਰਨ ਦਾ ਕੋਈ ਤਮੀਜ਼ ਨਹੀਂ ਤੈਨੂੰ ਸਿਖਾਈ? ਫੁੱਫੜ ਜੀ ਅਸਲ ਚ ਗੱਲ ਇਹ ਆ, ਫੁੱਫੜ ਵੀ ਕਹੀ ਜਾਣਾ, ਫੁੱਫੜਾ ਫੁੱਫੜਾ ਵੀ ਕਹੀ ਜਾਣਾ ਤੇ ਗੱਲ ਆਖੇ ਗੈਂਡੇ ਵਰਗਾ ਮੂੰਹ ਆ ਫੁੱਫੜਾ। ਅਸਲ ਚ ਗੱਲ ਇਹ ਆ ਕਿ ਯਾਰ ਤੇਰੀ ਤਸਵੀਰ ਮੂਵੀ ਤੇਰੀ ਬਹੁਤ ਭੈੜੀ ਆਈ ਆ। ਉਹ ਤੇ ਕੱਢ ਦੇ ਉਹਨੂੰ, ਕੋਈ ਹੋਰ ਵਾਲਾ ਉਹਦੇ ਵਿੱਚ ਕੋਈ, ਉੱਥੇ ਉਹ ਤੋਂ ਕਰਕੇ ਕੋਈ ਦੂਸਰੀ ਕੋਈ ਫਿਲਮ ਮੈਂ ਥੋੜੀ ਬਣੀ, ਮੇਰੀ ਫਿਲਮ ਬਥੇਰੀ ਬਣੀ। ਨਹੀਂ ਉਹ ਹੁਣ ਜਿਲੇ ਬਰਾਤ ਆ ਰਹੀ ਹੈ, ਆ ਰਹੀ ਆ, ਹੁਣ ਬਰਾਤ ਦੇ ਵਿੱਚ ਤੁਸੀਂ ਲਾੜੇ ਦੇ ਨਾ ਮੋਢੇ ਤੋਂ ਆਪਣਾ ਹੱਥ ਨਹੀਂ ਲਾਇਆ? ਨਹੀਂ ਲਾਇਆ। ਉੱਤੋਂ ਇੰਨੀ ਗਰਮੀ ਪੈਣ ਡਈ ਹੈ ਤੇ ਤੁਸੀਂ ਲਾਲ ਰੰਗ ਦੀ ਸਿਲਕ ਦਾ ਸੂਟ ਪਾਇਆ। ਉਹ ਲਾਲ ਕਿਦੋਂ ਸੀ ਯਾਰ? ਉਹ ਅਨਾਬੀ ਜਿਹਾ, ਅਨਾਬੀ ਆ, ਹਾਂ ਅਨਾਬੀ ਜਿਹਾ। ਉੱਤੋਂ ਤੁਸੀਂ ਸਾਫ ਲੱਗਣ ਡਿਆ ਕਿ ਕਾਲੇ ਸ਼ਾਹ ਮੂੰਹ ਦੇ ਉੱਤੇ ਤਿੱਬਤ ਕਰੀਮ ਲੱਗੀ ਹੋਈ ਹੈ। ਯਾਰ ਜ਼ਰਾ ਸੋਹਣਾ ਲੱਗਦਾ ਬੰਦਾ ਤਿੱਬਤ ਕਰੀਮ ਸਾਹਿਬ, ਮੈਂ ਸ਼ੁਰੂ ਤੋਂ ਲਾਉਣਾ। ਨਹੀਂ ਤੇ ਉਹ ਚੋਣ ਵੀ ਡਈ ਆ ਨਾ। ਚੋਣ ਡਈ ਕੀ? ਕਦੇ ਨਾ ਚੋਣ ਡਈ ਆ ਪਸੀਨੇ ਨਾਲ। ਉਹ ਪਸੀਨਾ ਚੋਣ ਡਿਆ ਨਾ, ਪਸੀਨਾ ਚੋਣ ਡਿਆ ਉਹ ਚ ਕਰੀਮ ਦਾ ਕੀ ਵਿੱਚ ਆ ਗਈ ਗੱਲ? ਨਹੀਂ ਤੇ ਉਹ ਤੁਸੀਂ ਲਾੜੇ ਦਾ ਮੂੰਹ ਤੁਹਾਡੀ ਵਜ੍ਹਾ ਨਾਲ, ਇੱਕ ਤੁਹਾਡਾ ਮੂੰਹ ਵੱਡਾ ਵੀ ਬਹੁਤ ਆ ਨਾ, ਨੱਕ ਤੁਹਾਡਾ ਦੇਖੋ ਨਾ, ਹੁਣ ਆਪਣਾ ਨੱਕ ਦੇਖੋ ਤੁਸੀਂ। ਉਹ ਤੈਨੂੰ ਤਮੀਜ਼ ਲਗਾ, ਤੈਨੂੰ ਗੱਲ ਕੀ ਆ? ਮੇਰਾ ਨੱਕ ਵੀ ਨੀ ਤੈਨੂੰ ਚੰਗਾ ਲੱਗਦਾ, ਮੇਰਾ ਰੰਗ ਵੀ ਨੀ ਤੈਨੂੰ ਚੰਗਾ ਲੱਗਦਾ, ਉਹ ਤੂੰ ਮੂਵੀ ਵਾਲਾ ਆ, ਤੂੰ ਕੀ ਕਿ ਰਿਸ਼ਤੇ ਕਰਾਉਣਾ ਤੂੰ? ਫੁੱਫੜਾ ਗੱਲ ਇਹ ਨਹੀਂ ਹੈਗੀ। ਅਨਾਬੀ ਰੰਗ ਦੀ ਕਮੀਜ਼ ਪਾ ਲਈ ਹੈ, ਫੁਲਕੇ ਹਲਕੇ ਯਾਰ ਰੰਗ ਸੀ ਜਿਹੜੇ ਪਾਏ ਮੈਂ, ਉੱਤੋਂ ਤੁਸੀਂ ਪਾਨ ਮੂੰਹ ਚ ਪਾਇਆ ਕਾਲਾ ਸ਼ਾਹ ਰੰਗ। ਮੇਰਾ ਮਤਲਬ ਵੀ ਮੈਂ ਪਾਨ ਖਾਣਾ ਜੂ ਆ? ਨਹੀਂ ਪਾਨ ਤਾਂ ਤੁਸੀਂ ਖਾਂਦੇ ਆ, ਲੇਕਿਨ ਹੁਣ ਤੂੰ ਤੁਹਾਡਾ ਦੁਰ ਦੁਰ ਬਈ ਦੁਰ ਐਡਾ ਕਾਲਾ ਰੰਗ ਦੁਰ ਫਿੜੇ ਮੂੰਹ ਤੇਰਾ ਲਾਨਤੀ ਬੰਦਾ ਯਾਰ, ਕੋਈ ਆਵੇ ਖੋਏ ਆ ਕਿਹੜਾ ਜਮਾਨਾ ਆ ਗਿਆ? ਉਹ ਮੁੰਡਾ ਮੈਨੂੰ ਕਹਿਣ ਡਿਆ ਆਖੇ ਦੁਰ ਦੁਰ ਲੱਗਣ ਡੇ। ਨਹੀਂ ਫੁੱਫੜਾ, ਓਏ ਤੂੰ ਮੇਰੀ ਗੱਲ ਸੁਣ, ਮੈਂ ਤੈਨੂੰ ਨਹੀਂ ਕਿਹਾ ਫੁੱਫੜਾ ਦੁਰ, ਤੈਨੂੰ ਨਹੀਂ ਕਿਹਾ। ਅੱਛਾ ਕਿਹਨੂੰ ਕਹਿਣ ਡਿਆ ਦੁਰ ਦੁਰ? ਮੈਂ ਦੁਰ ਇਸ ਵਾਸਤੇ ਕਹਿਣ ਡਿਆ ਕਿ ਬਈ ਮੇਰਾ ਮਤਲਬ ਬਹੁਤ ਵੱਡਿਆਂ ਨਾਲ ਗੱਲ ਜਿਹੜੀ ਨਾ ਉਹ ਥੋੜੀ ਤਮੀਜ਼ ਨਾ ਕਰੀਦੀ ਆ। ਫੁੱਫੜਾ ਗੱਲ ਇਹ ਨਹੀਂ ਹੈਗੀ ਵੀ ਰਹਿ ਰੱਬ ਦਾ ਨਾਂ ਐਡਾ ਕੋੜਾ ਤੂੰ ਯਾਰ ਫੁੱਫੜਾ। ਉਹ ਲੱਖ ਲਾਨਤ ਤੇਰੀ ਇਸ ਗੱਲ ਕਰਨ ਦਾ ਬਈ, ਤੂੰ ਮੈਨੂੰ ਫੋਨ ਕਰਕੇ ਦੱਸਣ ਡਿਆ ਕਿ ਤੂੰ ਕੋੜਾ। ਓਏ ਹੋਏ ਕੰਨ, ਉਸ ਘਰ ਦਾ ਮੈਂ ਉਹਦੇ ਪਿਓ ਦਾ ਜਵਾਈ ਆ ਮੈਂ। ਨਹੀਂ ਗੱਲ ਤਾਂ ਠੀਕ ਹੈ ਫੁੱਫੜਾ ਇਸ ਗੱਲ ਦੀ, ਲੇਕਿਨ ਹੁਣ ਦੇਖੋ ਨਾ ਉੱਤੋਂ ਕਾਲਾ ਸ਼ਾਹ ਰੰਗ। ਅੱਛਾ ਫੁੱਫੜਾ ਗੱਲ ਇਹ ਆ ਕਿ ਜਿਹੜੀ ਉਹ ਤਸਵੀਰ ਸਹੀ ਕਰੀ ਦੀ ਨਾ ਮੂੰਹ ਬੰਦੇ ਦਾ ਸੋਹਣਾ ਬਣਾਈਦਾ, ਉਹ ਚ ਕਰ ਲਾ ਯਾਰ ਕੋਈ ਥੋੜਾ ਜਿਹਾ ਰੰਗ ਉਹਦੇ ਵਿੱਚ ਸਿੱਧਾ ਕਰ ਲਾ ਮੇਰਾ। ਅੱਛਾ ਮੈਂ ਉਹਦੇ ਚ ਨਾ ਰੰਗ ਚਿੱਟਾ ਕਰਨ ਦੀ ਕੋਸ਼ਿਸ਼ ਕੀਤੀ। ਚੰਗਾ ਕੀਤਾ, ਚੰਗਾ ਕੀਤਾ ਕਿ ਮੈਂ ਕਿਹਾ ਯਾਰ ਫੁੱਫੜ ਤੇ ਮਾੜਾ ਜਿਹਾ ਰੂਪ ਆ ਜਾਵੇ। ਵਾਹ ਵਾਹ ਵਾਹ, ਸਹੀ ਚੰਗਾ ਕੀਤਾ, ਬਹੁਤ ਚੰਗਾ ਕੀਤਾ ਬਹੁਤ। ਲੇਕਿਨ ਫੁੱਫੜਾ ਤੂੰ ਉਹ ਜਿਹੜਾ ਅੰਗਰੇਜ਼ ਨੇ ਬਣਾਇਆ ਨਾ ਇੱਕ ਸਿਸਟਮ, ਤੂੰ ਉਹਨੂੰ ਵੀ ਫੇਲ ਕਰਤਾ। ਮੈਂ ਬੜੀ ਕੋਸ਼ਿਸ਼ ਕੀਤੀ, ਤੂੰ ਅੱਗੇ ਨਾਲੋਂ ਵੀ ਭੈੜਾ ਲੱਗਣ ਲੱਗ ਪਿਆ ਯਾਰ ਉਹਦੇ ਚ। ਉਹ ਕੀ ਗੱਲ ਆ ਤੈਨੂੰ? ਮਤਲਬ ਕਿ ਸਾਰੀ ਦੁਨੀਆ ਦੀਆਂ ਤਸਵੀਰਾਂ ਉਹ ਚ ਸੋਹਣੀਆਂ ਹੋ ਜਾਂਦੀਆਂ। ਮੇਰਾ ਮਤਲਬ ਇਹ ਤੇ ਮੈਨੂੰ ਕੀ ਗੱਲ ਆ? ਰਹੇ ਰੱਬ ਦਾ ਨਾਂ ਯਾਰ, ਮੈਂ ਜ਼ਿੰਦਗੀ ਚ ਮਤਲਬ ਕਿ ਫੁੱਫੜਾ ਮੈਂ ਜਦੋਂ ਦੇਖਦਾ ਨਾ ਤੇਰੀ ਵੀਡੀਓ, ਮੈਂ ਨਿੱਕੇ ਹੁੰਦੇ ਤੋਂ ਸੁਣਦਾ ਆ ਰਿਹਾ ਕਿ ਕੋਈ ਇੱਕ ਬਿੱਜੂ ਹੁੰਦਾ ਬਿੱਜੂ, ਉਹ ਤੂੰ ਤਮੀਜ਼ ਨਾਲ। ਲੇਕਿਨ ਅੱਜ ਮੈਨੂੰ ਤੇਰੀ ਸ਼ਕਲ ਦੇਖ ਕੇ ਇੰਜ ਲੱਗਾ ਕਿ
ਇਹਨੂੰ ਬਿੱਜੂ ਕਹਿੰਦੇ ਆ। ਤੈਨੂੰ ਕਹਿੰਦੇ ਬਿੱਜੂ, ਤੇਰੇ ਪਿਓ ਨੂੰ ਬਿੱਜੂ ਕਹਿੰਦੇ, ਵੱਡਿਆਂ ਨਾਲ ਗੱਲ ਕਰਨ ਦੀ ਤਮੀਜ਼ ਨੀ ਤੈਨੂੰ। ਓਏ ਤੌਬਾ ਤੌਬਾ, ਮੈਂ ਜ਼ਿੰਦਗੀ ਤੌਬਾ ਤੌਬਾ ਲਾਈ ਆ, ਇੰਜ ਦਾ ਕੋੜਾ ਬੰਦਾ ਨੀ ਵੇਖਿਆ ਯਾਰ। ਕਿੱਥੋਂ ਆਇਆ ਤੂੰ ਯਾਰ? ਸੁਡਾਨ ਚੋਂ ਆਇਆ, ਮਤਲਬ ਅਫਰੀਕਾ ਦਾ ਤੂੰ ਬੰਦਾ ਹੈ? ਕੌਣ ਹੈ ਯਾਰ ਤੂੰ? ਜਦੋਂ ਤੈਨੂੰ ਪਤਾ ਜੂ ਸੀਗਾ ਕਿ ਮੈਂ ਕੋੜਾ ਆ, ਫੋਨ ਕੀਤਾ ਕਦ ਵਾਸਤੇ ਆ? ਮੈਂ ਇਸ ਵਾਸਤੇ ਫੁੱਪੜਾ ਤੈਨੂੰ ਇਤਲਾਹ ਦੇਣ ਵਾਸਤੇ, ਮੈਨੂੰ ਦੱਸਣ ਵਾਸਤੇ ਵੀ ਮੈਂ ਕੋੜਾ ਆ? ਨਹੀਂ ਨਹੀਂ, ਹਾਂ ਇਹੀ ਆ ਮੈਂ, ਤੂੰ ਹੁਣ ਤੱਕ ਤੇ ਤੂੰ ਇਹੀ ਗੱਲਾਂ ਕਰੀ ਜਾਣਾ। ਲੇਕਿਨ ਫੁੱਪੜਾ ਹੁਣ ਮੈਨੂੰ ਦੱਸ ਨਾ, ਮੈਂ ਕਿੱਦਾਂ ਤੂੰ, ਜਾਂ ਤਾਂ ਅਸੀਂ ਆਪਣਾ ਸਟੂਡੀਓ ਛੱਡ ਕੇ ਭੱਜ ਜਾਈਏ। ਭੱਜੋ ਭੱਜੋ, ਸਾਡੀ ਫਿਲਮ ਦੇ ਦਿਓ ਵਾਪਸ, ਅਸੀਂ ਹੋਰ ਕਿਸੇ ਕੋਲ ਬਣਵਾ ਲਾਂਗੇ। ਫੁੱਪੜਾ ਤੂੰ ਹਰ ਸੀਨ ਦੇ ਵਿੱਚ ਚੰਗਾ ਵਾ? ਨਹੀਂ ਨਹੀਂ ਚੰਗਾ ਨਹੀਂ ਨਾ, ਚੰਗਾ ਵਾ ਕਿ ਸਿਆਣਾ ਬੰਦਾ ਨਾਲ ਹੋਣਾ ਚਾਹੀਦਾ। ਸਿਆਣਾ ਬੰਦਾ ਨਾਲ ਹੋਣਾ ਚਾਹੀਦਾ, ਬਿੱਜੂ ਨਾਲ ਨਹੀਂ ਹੋਣਾ ਚਾਹੀਦਾ। ਉਹ ਐਡਾ ਕੋੜਾ ਆਦਮੀ, ਉਹ ਤੂੰ ਕੋੜਾ ਆਦਮੀ, ਦੁਰ ਫਿਟੇ ਮੂੰਹ ਬਈ, ਉਹ ਤੇਰਾ ਦੁਰ ਫਿਟੇ ਮੂੰਹ। ਮੈਂ ਨਹੀਂ ਬੰਦਾ ਵਾ ਤੂੰ, ਅੱਲਾ ਮਾਫੀ ਦੇਵੇ, ਤਮੀਜ਼ ਨਹੀਂ ਗੱਲ ਕਰਨ ਦੀ। 35 ਸਾਲ ਹੋ ਗਏ, ਮਾਫੀਆਂ ਮੰਗੀ ਜਾਣਾ ਤੇ ਫਿਰ ਗੱਲਾਂ ਕਰੀ ਜਾਣਾ। 35 ਸਾਲ ਹੋ ਗਏ ਮੈਨੂੰ ਮੂਵੀ ਬਣਾਉਂਦੇ ਨੂੰ, ਮੈਂ ਅੱਜ ਤੱਕ ਐਡੀ ਵੱਡੀ ਖੱਚ ਨਹੀਂ ਵੇਖੀ। ਉਹ ਮਰ ਜਾ ਕਿਤੇ ਭਾਈ, ਤੈਨੂੰ ਮੌਤ ਨਹੀਂ ਆਉਂਦੀ 35 ਸਾਲਾਂ ਚ? ਤੌਬਾ 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 ਤੌਬਾ, ਕਾਹਦੀ ਤੌਬਾ ਕਰੀ ਜਾਣਾ? ਕਿਹੜਾ ਗੁਨਾਹ ਕਰ ਲਿਆ ਤੂੰ? ਕਹਿ ਰਹਾ ਤੌਬਾ ਤੇਰੇ ਤੇ, ਕਹਿ ਰਹਾ ਤੂੰ ਜਿੰਨ ਆ ਤੂੰ ਜਿੰਨ ਕਾਲਾ। ਸਾਰੇ ਦੁਨੀਆ ਦੇ ਵਿਆਹ ਚ ਜਿੰਨੇ ਪ੍ਰਾਹੁਣੇ ਆਏ ਸੀ, ਸਾਰੇ ਸੋਹਣੇ ਲੱਗਣ ਡੇ, ਇੱਕ ਤੂੰ ਹੀ ਫੁੱਫੜਾ ਕੋੜਾ ਲੱਗਣ ਡਿਆ ਸੀ ਬਸ। ਉਹ ਮੈਂ ਕਿਉਂ ਕੋੜਾ ਲੱਗਦਾ ਪਿਆ ਸੀ ਵੀ? ਉਹ ਮੈਨੂੰ ਕੀ ਆ, ਬੋਲਦਾ ਨਹੀਂ ਹੁਣ ਯਾਰ? ਬੜੇ ਬੜੇ ਮੈਨੂੰ ਪ੍ਰੋਬਲਮ ਆ, ਬੜੇ ਬੜੇ ਮੈਂ ਨਹਿ, ਮਤਲਬ ਆ ਕਿ ਮੈਂ ਕੀ, ਮੇਰਾ ਮੂੰਹ ਹੈ ਨਹੀਂ ਯਾਰ। ਫੁੱਫੜਾ ਮੇਰੀ ਗੱਲ ਸੁਣ ਲਾ, ਦੱਸ ਤੇਰਾ ਹੱਕ ਕੇ ਬਣਦਾ, ਤੂੰ ਕਿਸੇ ਵਿਆਹ ਤੇ ਜਾਇਆ ਹੀ ਨਾ ਕਰ ਯਾਰ। ਮੇਰਾ ਮਤਲਬ ਤੇਰੇ ਤੇ ਲਾਹਨਤ ਆ ਫੁੱਫੜਾ। ਅੱਲਾ ਝੂਠ ਨਾ ਬੁਲਾਵੇ, ਤੂੰ ਸੱਚੀ ਮੁੱਚੀ ਬਿੱਜੂ ਆ, ਬਿੱਜੂ ਆ ਤੂੰ। ਉਹ ਤੂੰ ਬਿੱਜੂ ਆ, ਉਹ ਬਗੈਰਤ ਇਨਸਾਨ, ਉਹ ਜ਼ਲੀਲਾ, ਉਹ ਤੈਨੂੰ ਅਕਲ ਨਹੀਂ ਦਿੱਤੀ ਕਿਸੇ ਨੇ? ਦੱਸੋ ਪਤਾ ਨੀ ਕਿੱਦਾਂ ਕਿੱਦਾਂ, 3 ਲੱਖ ਰੁਪਏ ਦਾ ਕੈਮਰਾ ਹੈ ਤੇ ਤੂੰ 2.25 ਰੁਪਏ ਵਾਲਾ ਮੂੰਹ ਆਪਣਾ ਅੱਗੇ ਰੱਖਿਆ ਹੈ ਉਹਦੇ। ਮੈਂ ਦੱਸੋ, ਉੱਤੋਂ ਤੇਰਾ ਰੰਗ ਐਡਾ ਪੱਕਾ ਆ, ਉੱਤੋਂ ਫੁੱਲਾਂ ਵਾਲੀ ਕਮੀਜ਼ ਪਾਈ ਹੋਈ ਆ। ਤਬਾਹ ਕੀਤਾ ਇਹਦੇ ਨਾਲ, ਉਹ ਕਿਸੇ ਕੱਟੇ ਨੂੰ ਪਵਾ ਦਿੰਦੇ ਤੇਰੇ ਨਾਲ, ਉਹ ਤੇ ਜੱਜ ਜਾਣਾ ਸੀ। ਤੁਹਾਨੂੰ ਕਿਸੇ ਸਿਆਣੇ ਨੇ ਦੱਸਿਆ ਨੀ ਵੀ ਸਿਆਣਾ ਬੰਦਾ ਨਾਲ ਹੁੰਦਾ ਮੁੰਡੇ ਦੇ? ਸਿਆਣਾ ਬੰਦਾ ਬਾਹਰ ਮੰਜਾ ਡਾਹ ਕੇ ਨਾ ਬਹਿੰਦਾ ਹੁੰਦਾ, ਹੁੱਕਾ ਡਾਹ ਕੇ, ਹੁੱਕਾ ਹੁੰਦਾ ਉਹ ਘਰ ਚੋਂ, ਹਾਂ ਹੁੱਕਾ ਪੀਂਦਾ ਹੁੰਦਾ, ਮੂਵੀ ਅੱਗੇ ਬਹਿ ਬਹਿ ਕੇ ਚਸਕੇ ਨੀ ਲਾਉਂਦਾ ਹੁੰਦਾ? ਉਹ ਤੂੰ ਚਸਕੇ ਲਾਉਣ ਡਿਆ ਹੁਣ? ਹੁਣ ਜਿੱਦਾਂ ਤੂੰ ਰੋਟੀ ਖਾਣ ਡਿਆ ਸੀਗਾ, ਰੋਟੀ ਖਾਂਦੇ ਸਾਰੀ ਦੁਨੀਆ ਖਾਣ ਡਈ ਸੀ, ਪੂਰਾ ਪੱਟ ਤੂੰ ਮੂੰਹ ਚ ਲੱਗਿਆ ਤੇ ਉਸ ਤੋਂ ਬਾਅਦ ਜਿਲੇ ਤੂੰ ਮੂੰਹ ਚੋਂ ਬਾਹਰ ਪੱਟ ਕੱਢਿਆ ਤਾਂ ਕੱਲੀ ਹੱਡੀ ਸੀ। ਕਿੱਧਰ ਚਲੀਆਂ ਗਈਆਂ ਉਹ ਬੋਟੀਆਂ? ਮਤਲਬ ਕਿ ਇੰਜ ਮੂੰਹ ਚ ਪੱਟ ਪਾਇਆ, ਜਿਲੇ ਬਾਹਰ ਕੱਢਿਆ ਤਾਂ ਕੱਲੀ ਹੱਡੀ। ਓਏ ਉਹ ਥਰੈਸ਼ਰਾ, ਤੂੰ ਥਰੈਸ਼ਰ ਆ ਥਰੈਸ਼ਰ? ਨਹੀਂ ਤੇਰਾ ਕੀ ਮਤਲਬ ਵੀ ਮੂੰਹ ਚ ਬੋਟੀ ਪਾਵਾਂ ਤੇ ਉਦਾਂ ਹੀ ਬਾਹਰ ਖਾ ਲਵਾਂ? ਦੱਸੋ ਕੋ ਰੋਟੀ ਖਾਣ ਦੀ ਤਮੀਜ਼ ਹੁੰਦੀ ਹੈ? ਉਹ ਕਿਹੜੀ ਤਮੀਜ਼ ਮੰਗਦਾ ਬਈ? ਹੁਣ ਤੂੰ 6 ਵਾਰੀ ਤੇਰੇ ਤੇ ਕੈਮਰਾ ਗਿਆ, ਗਿਆ ਤੂੰ ਨਾਨ ਹੱਥ ਚ ਫੜਿਆ ਫੜਿਆ ਤੇ ਨਾਨ ਨੀ ਤੋੜਨ ਡਿਆ, ਤੂੰ ਉੱਤੇ ਬੋਟੀਆਂ ਰੱਖ ਰੱਖ ਕੇ ਖਾਣ ਡਿਆ, ਨਾਨ ਗਲ ਗਿਆ। ਉਹ ਹੁਣ ਵਿਆਹਾਂ ਤੇ ਵੀ ਜਾ ਕੇ ਨਾਨ ਹੀ ਤੁਰਨੀ ਜਾਈਏ? ਇਸੇ ਵਾਸਤੇ ਤੇਰੇ ਤੇ ਮਨੁੱਖੀਅਤ ਪਈ ਹੈ ਮੁਰਗਾ ਖਾ ਖਾ ਕੇ? ਉਹ ਮੁਰਗਾ ਖਾ ਕੇ ਕਿਤੇ ਮਨੁੱਖੀਅਤ ਪੈਂਦੀ ਵੀ? ਢਿੱਡ ਵੇਖ ਆਪਣਾ, ਮਾਸ਼ਾਅੱਲਾ ਠੀਕ ਆ ਢਿੱਡ? ਮਾਸ਼ਾਅੱਲਾ ਪਹਿਲੇ ਤੂੰ ਬਾਅਦ ਚ ਵੜਦਾ ਘਰ, ਪਹਿਲੇ ਤੇਰਾ ਢਿੱਡ ਵੜਦਾ ਤੇ ਤੁਹਾਡਾ ਢਿੱਡ ਜਿਹੜਾ ਪਿੱਛੇ ਰਹਿ ਜਾਂਦਾ, ਪਿੱਛੇ ਰਹਿ ਜਾਂਦਾ ਦੇਖ ਕਾਲਾ ਸਾਂਡ। ਓਏ ਮੈਨੂੰ ਗੱਲ ਸੁਣ ਲਾ, ਮੇਰੀ ਮੂਵੀ ਤਬਾਹ ਕਰਕੇ ਰੱਖਤੀ ਇਸ ਬੰਦੇ ਨੇ ਤੇਰਾ, ਮੈਂ ਤੇਰਾ ਤੈਨੂੰ ਤਬਾਹ ਕਰਨਾ ਮੈਂ, ਤੂੰ ਮੇਲ ਤੇ ਸਹੀ? ਉਹ ਨਹੀਂ ਭਾਜੀ ਨੇ ਲੜਨ ਨਹੀਂ ਡਿਆ, ਲੜਨ ਨਹੀਂ ਡਿਆ ਵੇਖ, ਲੜਨ ਡਿਆ ਵਾ ਭਾਜੀ, ਮੈਂ ਗੱਲ ਕਰ ਰਿਹਾ ਕਿਸੇ ਨਾਲ, ਤਮੀਜ਼ ਨਾਲ ਗੱਲ ਕਰ ਭਾਜੀ, ਮੈਂ ਲੜਨ ਨਹੀਂ ਡਿਆ ਕਿਸੇ ਨਾਲ। ਇੱਕ ਬੰਦਾ ਆ ਤੇ ਕਾਲਾ ਸ਼ਾਹ, ਉਹ ਤੂੰ ਕਾਲੇ ਦਾ ਕਰਨਾ ਕੀ ਆ? ਤੇ ਉਹਦੀ ਮੈਂ ਅਸੀਂ ਮੇਰਾ ਛੋਟਾ ਭਰਾ ਬਣਾ ਬੈਠਾ ਮੂਵੀ, ਉਹ ਪੁਰਾਣੀ ਮੂਵੀ ਹੁਣ ਫਿਰ, ਤੇ ਉਹ ਨਾ ਕੈਮਰੇ ਦੇ ਅੱਗੇ ਉਹ ਹਟਿਆ ਹੀ ਨਹੀਂ ਤੇ ਉਹਨਾਂ ਦਾ ਵਿਆਹ ਤਬਾਹ ਕਰਕੇ ਰੱਖਤਾ, ਮੇਰੇ ਆਪਣਾ ਵਿਆਹ, ਮੇਰਾ ਵਿਆਹ। ਤੇ ਹੁਣ ਮੈਂ ਕਹਿਣ ਡਿਆ ਫੋਨ ਕਰਕੇ ਕਿ ਦੱਸੋ ਫੁੱਫੜਾ ਜੀ ਉਹਨਾਂ ਦਾ, ਹੁਣ ਮੈਂ ਸ਼ਰੀਫ ਆਦਮੀ ਅਸੀਂ ਆ, ਅਸੀਂ ਜਿਹੜੇ ਉਹਨਾਂ ਨੂੰ ਮੂਵੀ ਬਣਾ ਕੇ ਦੇਣੀ, ਅਸੀਂ ਜਿਹੜੇ ਮੂਵੀ ਬਣਾ ਕੇ ਦੇਣੀ ਆ ਅਗਲੇ ਨੂੰ, ਜਿਹੜੇ ਕਾਲੀ ਕਾਲੀ ਇੱਕ ਸ਼ੈ ਨਾ ਪੂਰੇ ਵਿਆਹ ਚ ਖੁੱਲਿਆ ਆ, ਅਵਾਰਾ ਕੱਟਾ ਫਿਰਦਾ ਜਿਹੜੇ ਨਜ਼ਰ ਆਉਣਾ ਨਾ, ਅਗਲਿਆਂ ਨੇ ਕਹਿਣਾ ਕਿ ਯਾਰ ਕੀ ਕਰਨ ਡਿਆ?
ਹੁਣ ਦੱਸੋ ਭਾਜੀ ਮੈਂ ਕੀ ਓਏ ਕੱਟੇ ਕੁੱਟੇ ਨਾ ਦੱਸ ਮੈਨੂੰ ਸਾਡਾ ਭੈਣ 35,000 ਰੁਪਇਆ ਮਰ ਜਾਣਾ ਦੱਸੋ ਤੇਰਾ 35,000 ਨਹੀਂ ਤੁਹਾਡਾ ਪੂਰਾ ਖਾਨਦਾਨ ਮਾਰ ਜਾਣਾ ਇਹ ਭੈਣ ਜਿਸ ਬੰਦੇ ਨਾਲ ਮੈਂ ਗੱਲ ਕਰਨ ਡਿਆ ਨਾ ਬਹੁਤ ਸ਼ਕਲੋ ਮਨਹੂਸ ਆ ਓ ਤੂੰ ਮਨਹੂਸ ਆ ਜਿਵੇਂ ਭੈਣ ਦਰਿਆਈ ਘੋੜੇ ਨਹੀਂ ਹੁੰਦੇ ਏਦਾਂ ਦਾ ਮੂੰਹ ਆ ਮੇਰੀ ਗੱਲ ਕਰਾ ਜਿਹਨੂੰ ਦੱਸਣ ਡਿਆ ਹਾਂ ਹਾਂ ਅੱਛਾ ਓ ਮੇਰੇ ਨਾਲ ਮੇਰੀ ਗੱਲ ਕਰ ਲਾ ਅੱਛਾ मैं कह देना भैन कह देना हेलो बकवास कर आ हुण मेरे कजन ने मैं उन्होंने सारी गलबात दसी है तुहाडी की कहना ओ कहंदा के कर लू कुछ सही उन्हों नहीं काम तो उहदा भी यही है आ तो उन्हों क्या कर देवे सही तेनू किथे आउंदा है काम नहीं ओ किते साइकलां दा काम करदे करदे फिल्मां बनाउण लग पए जी तुसी नहीं ओ कहण डिया है कि जिहड़े फुफड़ ने ना जी हां ਕਹਿੰਦਾ ਜੀ ਚਲੋ ਬੰਦੇ ਹੁੰਦੇ ਹੀ ਇੱਦਾਂ ਦੇ ਲੇਕਿਨ ਉਹ ਕਹਿੰਦੇ ਕਿ ਮੇਰੇ ਵੱਲੋਂ ਵੀ ਕਹਿ ਦਿਓ ਕਿ ਦੁਰ ਫਿਟ ਹੈ ਮੁੰਬਈ ਲੈ ਪੁੱਪੜਾ ਹੁਣ ਤੂੰ ਅਸੀਂ ਮੂਵੀ ਭੇਜਣ ਲੱਗੇ ਕੱਲ ਨੂੰ ਕਿੱਥੇ ਭੇਜਣ ਲੱਗੇ ਮੁੰਡੇ ਦੇ ਘਰ ਹਲੇ ਨਹੀਂ ਭੇਜਣੀ ਨਹੀਂ ਨਹੀਂ ਭੇਜਣੀ ਭੇਜਣੀ ਭਾਈ ਮੈਂ ਕਹਿੰਦਾ ਨਹੀਂ ਭੇਜਣੀ ਜੇ ਮੇਰੀ ਹੁਣ ਤੂੰ ਕੀਤੀ ਮੇਰੇ ਨਾਲ ਲੜਾਈ ਹੁਣ ਤੇਰਾ ਮੂੰਹ ਅੱਗੇ ਨਾਲੋਂ ਵੀ ਕੋੜਾ ਬਣਾ ਕੇ ਨਾ ਫਿਰ ਅਸੀਂ ਮੂਵੀ ਭੇਜਣੀ ਪਹੁੰਚਦਾ ਤੂੰ ਬਦਮਾਸ਼ ਮੈਂ ਕਰ ਲੈਣਾ ਤੇਰਾ ਰਾਜ ਬੁਸੁਰਾ ਕਰ ਲੈਣਾ ਓਏ ਭੈਣ ਚੋ ਬਿੱਜੂ ਬੰਦ ਕਰ